ਅਤੇ ਅੱਜ ਆਪਾਂ ਸੈਕਲੀ ਦੇ ਬਣਾਵਾਂਗੇ ਰਿਮਾਂ ਅਤੇ ਇਸ ਟਾਈਪ ਵਾਲੇ ਅਲੋਏ ਵੀਲ ਜਿਹੜੇ ਕਿ ਆਪਾਂ ਪਿਛਲੀ ਵਾਰ ਆਪਾਂ ਟੇਪ ਨਾਲ ਬਣਾਏ ਸੀ ਉਹ ਟ੍ਰੈਂਗਲ ਜਿਹੇ ਵਾਲੇ ਅਤੇ ਉਹ ਆਪਾਂ ਹੁਣ ਲਾ ਦਿੱਤੇ ਨੇ। ਹੁਣ ਆਪਾਂ ਉਹਦੇ ਬਣਾਉਣੇ ਨੇ ਇਸ ਟਾਈਪ ਵਾਲੇ ਜਿਹਦੇ ਕਿ ਬਹੁਤ ਜ਼ਿਆਦਾ ਕਮੈਂਟ ਆਏ ਸੀਗੇ ਵੀ ਇਸ ਵਾਲੇ ਅਲੋਏ ਬਣਾਉਣੇ ਨੇ। ਅਤੇ ਅੱਜ ਜਿਹੋ ਜਿਹੇ ਮੇਰੇ ਤੋਂ ਬਣਨਗੇ ਅਤੇ ਜਿਹੋ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਜਿਹੜੀ ਚੀਜ਼ ਮੈਂ ਸੋਚੀ ਆ ਵੀ ਉਵੇਂ ਅਲੋਏ ਬਣਦੇ ਨੇ ਕਿ ਨਹੀਂ ਬਣਦੇ। ਅਤੇ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਅਤੇ ਅੱਗੇ ਕਮੈਂਟ ਕਰ ਦਿਓ ਵੀ ਅੱਗੇ ਕਾਹਦੇ 'ਤੇ ਵੀਡੀਓ ਬਣਾਈ ਜਾਵੇ। ਅਤੇ ਆਹ ਵੀਡੀਓ ਥੋੜ੍ਹੀ ਜਿਹੀ ਲੇਟ ਹੋ ਗਈ, ਥੋੜ੍ਹਾ ਜਿਹਾ ਕੰਮ ਜਿਹਾ ਸੀਗਾ ਇਸ ਕਰਕੇ। ਅਤੇ ਹੁਣ ਆਪਾਂ ਆਪਣੀ ਸਾਈਕਲ 'ਤੇ ਇਸ ਟਾਈਪ ਵਾਲੇ ਅਲੋਏ ਬਣਾਉਂਦੇ ਹਾਂ ਅਤੇ ਉਹ ਮੈਂ ਬਣਾਊਂਗਾ ਟੇਪ ਨਾਲ ਨਹੀਂ ਬਣਾਊਂਗਾ, ਮੈਂ ਗੱਤੇ ਨਾਲ ਬਣਾਊਂਗਾ ਕਿਉਂਕਿ ਟੇਪ ਨਾਲ ਗਜ਼ਾਂ 'ਤੇ ਫਿੱਟ ਨਹੀਂ ਆਉਣੀ। ਇਸ ਕਰਕੇ ਆਪਾਂ ਬਣਾਵਾਂਗੇ ਗੱਤੇ ਨਾਲ ਅਤੇ ਹੁਣ ਆਪਾਂ ਚੱਲਦੇ ਹਾਂ ਸਾਈਕਲ ਵੱਲ। ਅਤੇ ਹੁਣ ਤੁਸੀਂ ਦੇਖ ਸਕਦੇ ਹੋ ਆਹ ਹੈਗੇ ਸਾਈਕਲ ਜਿਹਦੇ 'ਤੇ ਆਪਾਂ ਉਰੇ ਲਾਈ ਹੋਈ ਆ ਰਿਫਲੈਕਟਿਵ ਟੇਪ, ਇੱਥੇ ਵੀ ਲਾਈ ਹੋਈ ਆ ਅਤੇ ਉਰੇ ਆਪਾਂ ਲਾਈ ਹੋਈ ਆ ਆਹ ਰੈਪ ਕੀਤਾ ਜਿਹੜਾ ਸਾ ਗੁੱਚੇ ਵਾਲਾ ਸੱਪ ਲਾਇਆ ਸੀ ਅਤੇ ਲੇ ਇੱਧਰਲੇ ਪਾਸੇ ਆਪਾਂ ਹੋਰ ਰੈਪ ਕਰਿਆ ਸੀ ਜਿਹੜਾ ਕਿ ਬਲੈਕ ਐਂਡ ਵਾਈਟ ਤੁਸੀਂ ਕਿਹਾ ਹੀ ਜ਼ਿਆਦਾ ਵਧੀਆ ਲੱਗਦਾ ਪੋਲ ਦੇ ਵਿੱਚ। ਪਰ ਹੁਣ ਅੱਜ ਆਪਾਂ ਉਰੇ ਇੱਥੇ ਆਪਾਂ ਇਸ ਅਲੋਏ ਬਣਾਉਣੇ ਨੇ। ਪਰ ਦੇਖੋ ਜਿਵੇਂ ਹੁਣ ਇਹਦੇ 'ਤੇ ਪਹਿਲਾਂ ਤਾਂ ਆਪਾਂ ਇੱਕ ਨੂੰ ਇੱਥੇ ਇੱਥੇ ਆਹ ਦੋ ਘੰਟੇ 'ਤੇ ਟੇਪ ਲਾ ਕੇ ਉਰੇ ਲਾਏ ਐਵੇਂ ਬਣਾਇਆ ਸੀਗਾ, ਪਰ ਇਸ ਵਾਰ ਆਪਾਂ ਇਸ ਬਣਾਉਣੀ ਆ। ਇਸ ਕਰਕੇ ਮੈਂ ਯੂਜ਼ ਕਰੂੰਗਾ ਗੱਤੇ ਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ। ਆਹ ਦੇਖੋ ਤੁਸੀਂ ਹੁਣੇ ਇੱਕ ਨਵਾਂ ਗੀਜ਼ਰ ਲਵਾਇਆ ਹੈ, ਨਵਾਂ ਗੀਜ਼ਰ। ਪਹਿਲਾਂ ਤਾਂ ਸਾਡੇ ਕੋਲ ਇਲੈਕਟ੍ਰਿਕ ਗੀਜ਼ਰ ਸੀਗਾ ਅਤੇ ਹੁਣ ਅਸੀਂ ਹਾਂ ਵੀ ਉਹ ਲਾਈਟ ਭੱਜੇ ਤਾਂ ਚਮ ਕੰਮ ਨਹੀਂ ਕਰਦਾ, ਇਸ ਕਰਕੇ ਅਸੀਂ ਗੈਸ ਗੀਜ਼ਰ ਲਵਾਇਆ। ਅਤੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ, ਆਪਾਂ ਸਿਰਫ ਤੁਹਾਡਾ ਗੱਤਾ ਚਾਹੀਦਾ, ਤੁਸੀਂ ਕਿਸੇ ਵੀ ਚੀਜ਼ ਦਾ ਗੱਤਾ ਲੈ ਸਕਦੇ ਹੋ ਅਤੇ ਪੁੱਛ ਕੇ ਲਿਓ ਹੋਰ ਕਿਤੇ ਗੱਤਾ ਚਾਹੀਦਾ ਹੋਵੇ ਉੱਧਰ ਤੁਸੀਂ ਅਲੋਏ ਬਣਾ ਕੇ ਬਹਿ ਜਾਓ। ਅਤੇ ਮੈਂ ਇਹ ਪੁੱਛਿਆ ਹੋਇਆ ਅਤੇ ਇਹ ਹੁਣ ਗੱਤੇ ਦਾ ਆਪਾਂ ਕੱਟ ਕੇ ਇਹਨੂੰ ਆਪਾਂ ਇਸ ਦੀ ਸੇਪ 'ਚ ਕੱਟਾਂਗੇ, ਫਿਰ ਆਪਾਂ ਆਪਣੀ ਸਾਈਕਲ 'ਤੇ ਲਾਵਾਂਗੇ। ਅਤੇ ਕਲਰ ਇਹਨੂੰ ਕਰਨਾ ਜ਼ਰੂਰੀ ਪਊ, ਚਾਹੇ ਤੁਸੀਂ ਕਲਰ ਕਰ ਲਿਓ, ਚਾਹੇ ਤੁਸੀਂ ਕੁਛ ਟੇਪ ਟੂਪ ਕਰ ਲਿਓ, ਮੈਂ ਜਿਹੜਾ ਕੁਛ ਕਰੂੰਗਾ ਤੁਹਾਨੂੰ ਵੀਡੀਓ 'ਚ ਦਿਖਾ ਦੂੰਗਾ। ਅਤੇ ਹੁਣ ਇਹਨੂੰ ਆਪਾਂ ਪਹਿਲਾਂ ਇਹਨੂੰ ਕੱਟਦੇ ਹਾਂ ਇੱਕ ਸ਼ੇਪ ਦੇ ਵਿੱਚ, ਜਿਹੜਾ ਡੱਬਾ ਇਹਨੂੰ ਕੱਟਦੇ ਹਾਂ ਪਹਿਲਾਂ। ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਦੋ ਕੱਟ ਦਿੱਤੇ ਨੇ ਅਤੇ ਹੁਣ ਥੋੜ੍ਹਾ ਥੋੜ੍ਹਾ ਇਸ ਟਾਈਪ ਲੱਗ ਰਿਹਾ, ਪਰ ਇਹ ਲੱਗ ਨਹੀਂ ਰਿਹਾ ਨੂੰ, ਥੋੜ੍ਹਾ ਜਿਹਾ ਐਂ ਕਰਾਂਗੇ ਅਤੇ ਇਹਨੂੰ ਐਂ ਕਰਾਂਗੇ, ਯਾਨੀ ਕਿ ਇਸ ਦੀ ਸ਼ੇਪ ਦੇ ਵਿੱਚ ਲੈ ਕੇ ਆਵਾਂਗੇ। ਅਤੇ ਆਪਾਂ ਮੈਂ ਸੋਚ ਰਿਹਾ ਪਿਛਲੇ ਟਾਇਰਾਂ ਦੀ ਵੀ ਹੁਣੇ ਕੱਟ ਲਾ ਕਿਉਂਕਿ ਸਾਈਜ਼ ਥੋੜ੍ਹਾ ਦੋਨਾਂ ਦਾ ਸੇਮ ਕਰ ਦਾਂਗੇ ਨਾ, ਚੱਕ ਕੁੱਤੇ ਭੌਂਕ ਰਹੇ ਨੇ। ਇਸ ਤੋਂ ਪਹਿਲਾਂ ਆਪਾਂ ਇਹਦਾ ਵੀ ਕੱਟ ਕੇ ਕਰ ਦਿੰਦੇ ਹਾਂ।
ਅਤੇ ਹੁਣ ਇਹ 2 ਸੇ ਵਾਲੇ 4 ਹੋ ਗਏ ਅਤੇ ਹੁਣ ਇਹਨੂੰ ਆਪਾਂ ਸਾਈਕਲ ਦੇ ਟਾਇਰ 'ਤੇ ਰੱਖਾਂਗੇ ਅਤੇ ਐਸ ਦੀ ਸ਼ੇਪ ਦੇ ਵਿੱਚ ਕੱਟਾਂਗੇ। ਸਭ ਤੋਂ ਪਹਿਲਾਂ ਇਹਨੂੰ ਪੌੜੇ ਲਾ ਦਿੰਦੇ ਹਾਂ ਕੁਝ ਇਸ ਤਰ੍ਹਾਂ ਮਿਲਾ, ਥੋੜ੍ਹਾ ਜਿਹਾ ਆਪਾਂ ਗਲਤ ਕੱਟ ਲਿਆ, ਇਹ ਉਰੋ ਹੋਣੀ ਚਾਹੀਦੀ ਜੀ ਨਾ ਹੈ। ਚਲੋ ਕੋਈ ਬਾਤ ਨਹੀਂ, ਹਮ ਫਿਰ ਵੀ ਇਸਕਾ ਕਰਕੇ ਦੇਖਦੇ ਹਾਂ ਕੋਈ ਮਾਮਲਾ ਤਾਂ। ਅਤੇ ਹੁਣ ਇਹਨੂੰ ਮੈਂ ਐਸ ਸ਼ੇਪ ਦੇ ਵਿੱਚ ਲੈ ਕੇ ਆਉਣਾ ਅਤੇ ਉਸ ਤੋਂ ਬਾਅਦ ਇਹਨੂੰ ਕੱਟਦੇ ਹਾਂ। ਤੁਸੀਂ ਹੁਣ ਦੇਖ ਸਕਦੇ ਹੋ ਮੈਨੂੰ ਤਾਂ ਇਹ ਐਸ ਟਾਈਪ ਆ ਜਿਹੜੀ ਉਹ ਠੀਕ ਲੱਗ ਰਹੀ ਆ, ਅਤੇ ਤੁਸੀਂ ਕਮੈਂਟ ਕਰਕੇ ਦੱਸਣਾ ਮੈਨੂੰ ਵੀ ਠੀਕ ਲੱਗਦੀ ਹੈ ਕਿ ਨਹੀਂ ਲੱਗਦੀ। ਅਤੇ ਬਾਕੀ ਹੁਣ ਇਹਨੂੰ ਆਪਾਂ ਕਲਰ ਤਾਂ ਮੇਰੇ ਕੋਲ ਇਸ ਟਾਈਮ ਹੈ ਨਹੀਂ, ਇਸ ਲਈ ਆਪਾਂ ਨੂੰ ਜਿੱਥੇ ਇੱਥੇ ਆਹ ਉੱਥੇ ਆਪਾਂ ਟੇਪ ਕਰ ਦਿੰਦੇ ਹਾਂ ਬਲੈਕ ਕਲਰ ਦੀ। ਅਤੇ ਹੁਣ ਆਪਾਂ ਪਹਿਲਾਂ ਆਪਣਾ ਕੀ ਕੰਮ ਸਟਾਰਟ ਕਰਦੇ ਹਾਂ ਬਲੈਕ ਕਲਰ ਦੀ ਟੇਪ, ਅਤੇ ਇਹਨੂੰ ਐਡਜਸਟ ਕਰਕੇ ਦੇ ਲੈਣਾ ਮਾੜਾ ਜਿਹਾ ਕੁਝ ਮੈਂ ਉਰੇ, ਅਤੇ ਇੱਥੇ ਨੂੰ ਥੋੜ੍ਹਾ ਉੱਥੋਂ ਤੋਂ ਕੱਟਣਾ ਆਪਾਂ ਜਿੱਥੇ ਤੋਂ ਥੋੜ੍ਹੀ ਸ਼ੇਪ ਸਹੀ ਨਹੀਂ ਹੈਗੀ। ਉਹ ਇਸ ਟੇਪ ਦੇ ਵਿੱਚ ਆ ਤਾਂ ਗਈ ਵੈਸੇ, ਥੋੜ੍ਹੀ ਜਿਹੀ ਪੋਜੀਸ਼ਨ ਸਹੀ ਨਹੀਂ ਹੈਗੀ, ਪਰ ਤੁਸੀਂ ਆਪਦੀ ਜਦੋਂ ਤੁਸੀਂ ਆਪ ਦੇਖਦੇ ਕਰੋਗੇ ਨਾ ਪੋਜੀਸ਼ਨ ਬਿਲਕੁਲ ਮਿਣ ਕੇ ਜਾਂ ਫਿਰ ਠੀਕ ਤਰ੍ਹਾਂ ਨਹੀਂ ਕੱਟਿਓ। ਮੈਂ ਥੋੜ੍ਹੀ ਜਿਹੀ ਜਲਦਬਾਜ਼ੀ 'ਚ ਕੱਟੀ ਆ, ਅਤੇ ਹੁਣ ਮੈਂ ਥੋੜ੍ਹਾ ਮਾਰਕਰ ਨਾਲ ਥੋੜ੍ਹੀ ਕਟਿੰਗ ਠੀਕ ਕਰਕੇ ਅਤੇ ਟੇਪ ਕਰਦਾ। ਹੁਣ ਤੁਸੀਂ ਇਹ ਦੋਨੋਂ ਦੇਖ ਸਕਦੇ ਹੋ ਬਣ ਗਏ, ਆ ਦੇਖੋ 1 ਅਤੇ 2, ਅਤੇ ਜਿਹੜੇ 2 ਨੇ ਉਹ ਆਪਾਂ ਸਾਈਡ 'ਤੇ ਰੱਖੇ ਹੋਏ ਨੇ, ਆਪਾਂ ਪਿਛਲੇ ਟਾਇਰ 'ਤੇ ਫੇਲ ਲਾਵਾਂਗੇ, ਪਰ ਫਿਲਹਾਲ ਆਪਾਂ ਦੋਨੋਂ ਆਹ ਲੱਗ ਦਿਖਾਉਂਦੇ ਹਾਂ ਦੋਨੋਂ। ਅਤੇ ਟਾਈਮ ਹੋ ਗਿਆ 2:26, ਅਤੇ ਤੁਹਾਨੂੰ ਲਾ ਕੇ ਤੁਹਾਨੂੰ ਚਿਪਕਾ ਕੇ ਦਿਖਾਉਂਦਾ ਵੀ ਕਿਹੋ ਜਿਹਾ ਲਾ ਦਿੰਦਾ। ਮੈਂ ਜੋੜੂੰਗਾ, ਤੁਸੀਂ ਉਹਨੂੰ ਗੂੰਦ ਨਾਲ ਜੋੜ ਸਕਦੇ ਹੋ, ਕਿਸੇ ਵੀ ਚੀਜ਼ ਨਾਲ ਜੋੜ ਸਕਦੇ ਹੋ, ਪਰ ਮੈਂ ਇਹਨੂੰ ਬਲੈਕ ਟੇਪ ਦੇ ਨਾਲ ਜੋੜ ਦੂੰ ਅਤੇ ਤੁਹਾਨੂੰ ਲਾਉਂਦਿਆਂ ਦਿਖਾ ਕੇ ਵੀ ਕਿਹੋ ਜਿਹਾ ਲੱਗਦੇ ਨੇ। ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਐਸ ਵਾਲਾ ਅਲੋਏ ਜਿਹੜਾ ਤਿਆਰ ਹੋ ਗਿਆ, ਅਤੇ ਉੱਧਰ ਕੋਈ ਵੀ ਨਹੀਂ ਹੈਗਾ, ਇੱਧਰ ਆਪਣਾ ਐਸ ਵਾਲਾ ਅਲੋਏ ਥੋੜ੍ਹਾ ਕਟਿੰਗ ਸਹੀ ਨਹੀਂ ਹੋਈ, ਪਰ ਤੁਸੀਂ ਕਟਿੰਗ ਸਹੀ ਕਰ ਸਕਦੇ ਹੋ। ਅਤੇ ਹੁਣ ਤੁਹਾਨੂੰ ਲਾ ਕੇ ਦਿਖਾਉਣਾ ਅਤੇ ਚਲਾ ਕੇ ਦਿਖਾਉਣਾ ਇਹ ਕਿਵੇਂ ਲੱਗਦੀ ਹੈ, ਅਤੇ ਟਾਇਰ ਫਿਕਸ ਕਰਨਾ ਬਹੁਤ ਸੌਖਾ ਇਹਦਾ, ਅਤੇ ਹੁਣ ਟਾਇਰ ਫਿਕਸ ਕਰਕੇ ਦਿਖਾਉਂਦੇ ਹਾਂ ਤੁਹਾਨੂੰ। ਕਾਲੇ ਨੂੰ ਤਾਂ ਚੱਲਦੀ ਚ ਵਧੀਆ ਲੱਗਦੇ ਨੇ, ਖੜੇ ਨੀ ਵਧੀਆ ਲੱਗਦੇ। ਪਰ ਇਹੋ ਜਿਹਾ ਅੜੀ ਜਵਾਕੋ, ਮੈਨੂੰ ਫਿਰ ਤੁਹਾਡੇ ਉੱਤੇ ਜੀ ਘੁੰਮਣਾ ਪੈਂਦਾ। ਅਤੇ ਤੁਸੀਂ ਕਮੈਂਟ ਕਰਕੇ ਦੱਸਿਓ ਮੈਨੂੰ ਵੀ ਇਹ ਵਾਲੇ ਅਲੋਏ ਵਧੀਆ ਲੱਗਦੇ ਨੇ ਕਿ ਨਹੀਂ ਲੱਗਦੇ, ਫਿਰ ਆਪਾਂ ਪਿੱਛੇ ਬਣਾ ਦਾਂਗੇ ਅਤੇ ਇੱਧਰ ਇੱਧਰ ਵੀ ਬਣਾ ਦਾਂਗੇ ਜੇ ਵਧੀਆ ਲੱਗਣਗੇ। ਪਰ ਤਾਂ ਜੇ ਵੀਡੀਓ 'ਤੇ 113 ਲਾਈਕ ਆ ਕੇ ਫਿਰ ਆਪਾਂ ਸਾਰੇ ਕਿਤੇ ਬਣਾ ਦਾਂਗੇ, ਨਹੀਂ ਫਿਰ ਉਹਨੂੰ ਇੱਕ ਨੇ ਰੱਖਾਂਗੇ ਅਤੇ ਉਹਨੂੰ ਵੀ ਲਾ ਦਾਂਗੇ 113 ਲਾਈਕ ਨਾ ਆਏ। ਇਸ ਲਈ ਅੱਜ ਦੀ ਵੀਡੀਓ ਬਸ ਉਰੇ ਤੱਕ ਹੀ, ਅਤੇ ਕਮੈਂਟ ਕਰ ਦਿਓ। ਅਤੇ ਇੱਕ ਕਹਿੰਦੇ ਸੀ ਕਿ ਵੀ ਆਹ ਜਿਹੜਾ ਝੰਡਾ ਲਾਇਆ ਜੀ ਆਪਾਂ ਵੀਡੀਓ ਪਾਇਓ, ਇਹ ਦੇਖੋ ਜਿਵੇਂ ਫਿਕਸ ਆ, ਜੇ ਤੁਸੀਂ ਚਾਹੁੰਦੇ ਮੈਂ ਦੁਬਾਰਾ ਲੱਸਾਂ ਵੀ ਕਿਵੇਂ ਲਾਇਆ, ਤਾਂ ਇਹਦੇ 'ਤੇ ਜੇ 12 ਕਮੈਂਟ ਆ ਗਏ ਝੰਡੇ ਦੇ ਫਲੈਗ ਰਿਲੇਟਡ, ਤਾਂ ਆਪਾਂ ਤੁਹਾਨੂੰ ਉਹ ਵੀ ਲੱਗ ਥਾਵਾਂਗੇ। ਇਸ ਲਈ 12 ਕਮੈਂਟ ਕਰ ਦਿਓ ਫਲੈਗ ਵਾਲੇ, ਵੀ ਉਹਦੇ ਲਿਖਿਆ ਹੋਇਆ ਫਲੈਗ, ਬਸ ਕਮੈਂਟ ਕਰ ਦਿਓ। ਅਤੇ 113 ਲਾਈਕ ਕਰਿਓ ਜੇ ਆਪਾਂ ਸਾਰੇ ਕਿਤੇ ਕਰੀਏ ਇਹ। ਅਤੇ ਬਸ ਅੱਜ ਦੀ ਵੀਡੀਓ ਉਰੇ ਤੱਕ ਹੀ, ਅਤੇ ਮਿਲਦੇ ਅਗਲੀ ਵੀਡੀਓ ਵਿੱਚ। ਹੁਣੇ ਹੁਣੇ ਮੈਨੂੰ ਗੱਲ ਪਤਾ ਲੱਗੀ ਵੀ ਜਿਹੜੀ ਮੈਂ ਇਹ ਐਸ ਵਾਲੇ ਬਣਾਏ ਨੇ ਇਹ ਉਲਟ ਬਣਾ ਤੇ,
ਬਣਾਏ ਤਾਂ ਸਹੀ ਨੇ ਜਾਣੀ ਕਿ ਆਏ ਨੂੰ ਘੁੰਮ ਰਹੇ ਨੇ, ਜਦਕਿ ਆਏ ਨੂੰ ਘੁੰਮਣਾ ਚਾਹੀਦਾ ਸੀ ਜਾਣੀ ਕਿ ਆਹ ਚੀਜ਼ ਇੱਧਰ ਹੋਣੀ ਚਾਹੀਦੀ ਆ ਇੱਧਰ ਵਗੈਰਾ ਵਗੈਰਾ, ਇਹ ਆਪਾਂ ਕਰਾਂਗੇ ਅਗਲੀ ਵੀਡੀਓ ਵਿੱਚ। ਅਤੇ ਅੱਜ ਦੀ ਵੀਡੀਓ ਬਸ ਇੰਨਾ ਹੀ, ਲਾਈਕ ਕਰੋ ਸਬਸਕ੍ਰਾਈਬ ਕਰਿਓ ਕੀ ਦੁੱਧ ਲੈ ਕੇ ਨਹੀਂ ਆਉਣਾ।